ਕੁੜੀ ਨੂੰ ਕਹਿੰਦਾ ਥੈਂਕ ਯੂ ਸਰ ਤੁਹਾਡੇ ਹਿਸਾਬ ਨਾਲ ਦੱਸੋ ਲੈਟਾਂ ਆ ਕਰਾਂਗਾ ਅਗੇ ਦਾ ਨਿਆਣਾ ਕੋ ਆਜੇਗਾ ਮਿਲ ਜੀ ਅਵੇ ਚੂ ਸ਼ਾਹੀ ਹੋ ਮਾ ਕੋ ਹੀ ਹੋ ਸਰਸ਼ੇ ਚਮਚੀਆਂ ਕਹਤਾ ਚਮਚੇ ਆ ਦੇਖੋ ਵੇ ਸਤਿ ਸ੍ਰੀ ਅਕਾਲ ਜੀ ਕੱਟ ਮਾਉਨੀ ਚਲੋ ਭਾਈ ਦੇਖੋ ਮੈਂ ਕੀ ਕਰਤਾ ਹਾਂਜੀ ਬਾਬੇ ਉਹ ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ ਅਸੀਂ ਆ ਗਏ ਆਪਣਾ ਤੀਜਾ ਮਿੰਨੀ ਟੂਰ ਲੈ ਕੇ ਤੇ ਅੱਜ ਅਸੀਂ ਚੱਲੇ ਆ ਗਲੋਬਲ ਵਿਲੇਜ ਨੂੰ ਤੁਹਾਨੂੰ ਦਿਖਾਉਨੇ ਆ ਅੱਜ ਗਲੋਬਲ ਵਿਲੇਜ ਬਾਕੀ ਲਾ ਦੇ ਤਾਂ ਚੱਲੀਏ ਬਾਕੀ ਚਲਾ ਤੂੰ ਬਾਕੀ ਤੁਹਾਨੂੰ ਦਿਖਾਉਨੇ ਆ ਅੱਜ ਗਲੋਬਲ ਵਿਲੇਜ ਪੂਰਾ ਤੇ ਨਾਲ ਚੱਲਦੇ ਰਿਹੋ ਆਹੋ ਚਲਾਤਾ ਏ ਸੀ ਦਿਖਾਉਨੇ ਤੁਹਾਨੂੰ ਉੱਥੇ ਜਾ ਕੇ ਆ ਸਾਹਮਣੇ ਸਾਡੀ ਮੰਜ਼ਿਲ ਆ ਜੀ ਆਪਾਂ ਚੰਦ ਕੁ ਸਕਿੰਟਾਂ 'ਚ ਉੱਥੇ ਪਹੁੰਚ ਜਾਵਾਂਗੇ ਤੇ ਉਹ ਤਾਂ ਮੈਨੂੰ ਤਾਂ ਦੇਖਣ ਨੂੰ ਰੰਗ ਹੀ ਲੱਗਦਾ ਬਾਕੀ ਤੁਹਾਡੇ ਹਿਸਾਬ ਨਾਲ ਦੱਸੋ ਲੈਟਾਂ ਆ ਕਰਾਂਗਾ ਗੱਡੀ ਆਪਾਂ ਖੜੀ ਕਰਤੀ ਪਾਰਕਿੰਗ 'ਚ ਅਤੇ ਇੱਥੇ ਅਸੀਂ ਆ ਕੇ ਦੇਖਿਆ ਗੱਡੀਆਂ ਦਾ ਰਸ਼ ਹੀ ਬੜਾ ਦੇਖੋ ਕਿੰਨੀਆਂ ਗੱਡੀਆਂ ਆਹ ਉੱਥੇ ਜਾਣਾ ਆਪਾਂ ਹੁਣ ਤੁਰ ਕੇ ਅਤੇ ਗੱਡੀ ਆਪਾਂ ਵਾਰ ਵਾਰ ਥੋੜ੍ਹੇ ਲਾਤੀ ਆ ਪਰ ਰਸ਼ ਬਹੁਤ ਜ਼ਿਆਦਾ ਆ ਵੇਖੋ ਵੀ ਮੁੰਡੇ ਨੂੰ ਇੰਨਾ ਚਾਹ ਵੀ ਨਹੀਂ ਦੀ ਛੱਡ ਗਿਆ ਅੱਗੇ ਜਾਂਦੇ ਤਾਂ ਭੰਗੜੇ ਪਾਈ ਜਾਣ ਡਿਆ ਦੇਖੋ ਉਹਦੇ ਮੁੰਡਾ ਆ ਗਿਆ ਟਿਕਟਾਂ ਲੈ ਕੇ ਗਲੋਬਲ ਵਿਲੇਜ ਦੀਆਂ ਮਿਲ ਗਈਆਂ ਨਹੀਂ ਮੈਂ ਦਿਖਾਣਾ ਕੈਸੀ ਹੈ ਇੱਕ ਵਾਰ ਦਿਖਾ ਦਿਓ ਕਿੱਦਾਂ ਦੀਆਂ ਇਹ ਵੀ ਗੁੱਡੇ ਜੀ ਤੀਜੀ ਕਿੱਥੇ ਆ ਤੀਜੀ ਦੋ ਹੀ ਦਿੱਤੀਆਂ ਹਨ ਦੋ ਹੀ ਆ ਮੁੰਡਾ ਕੁੜੀ ਨੂੰ ਕਹਿੰਦਾ ਥੈਂਕ ਯੂ ਸਰ ਇਹ ਤਾਂ ਸਟੇਟਸ ਬੋਲਦਾ ਇਹ ਤਾਂ ਸਟੇਟਸ ਬੋਲ ਦੇਖੇ ਆਲਾ ਤਾਂ ਬੜਾ ਹੀ ਕੀ ਹੋ ਗਿਆ ਥੈਂਕ ਯੂ ਸਰ ਬੋਲੀ ਨਾ ਮੈਂ ਵੀ ਕੀ ਉਹੀ ਉਹ ਤਾਂ ਪਿੱਛੇ ਹੀ ਬੋਲਦਾ ਥੈਂਕ ਯੂ ਸਰ ਮੈਨੂੰ ਟਿਕਟ ਹੁਣ ਮਿਲੀ ਆ ਅੱਗੇ ਪਤਾ ਨਹੀਂ ਕਿਸੇ ਨੇ ਡੇਲੇ ਇਹ ਮੇਰੇ ਵਾਲੀ ਲੱਗਦੀ ਆ ਇਹ ਤੇਰੇ ਕੰਮ ਇਦਾਂ ਦੇ ਜਾਂ ਤੇਰੀ ਟਿਕਟ ਆ ਬਾਕੀ ਤੇ ਚੈਲ ਪੈਲ ਦੇਖੋ ਕਿੰਨੀ ਹੋਈ ਪਈ ਆ ਆਹ ਰੰਗੀ ਪਤਾ ਨਹੀਂ ਇਦਾਂ ਦਾ ਕੀਤਾ ਰਾਤ ਨੂੰ ਚਮਕਦਾ ਹੀ ਆ ਇਸ ਹਿਸਾਬ ਦਾ ਰੰਗ ਆ ਲਓ ਜੀ ਅਸੀਂ ਆ ਗਏ ਅੰਦਰ ਉੱਚੀ ਬੋਲ ਥੋੜਾ ਲਓ ਜੀ ਅਸੀਂ ਆ ਗਏ ਆ ਅੰਦਰ ਤੇ ਹੁਣ ਦੇਖੋ ਇੱਥੇ ਦੀ ਚੈਲ ਪੈਲ ਆ ਲਓ ਜੀ ਅਮਰਤ ਕਿੱਥੇ ਆ ਆਪਾਂ ਓ ਫਾਦਰ ਸਾਹਿਬ ਕੀ ਹਾਲ ਨੇ ਆਇਓ ਘੁੰਮੀਏ ਵੀਰੇ ਉਹ ਰਕੀ ਓਏ ਬੰਦਾ ਬੈਠਾ ਬੰਦਾ ਕਹਿੰਦੇ ਆ ਵੇਖੋ ਵੀ ਤੁਰਕੀ ਅੰਦਰ ਸਾਰਾ ਤੁਰਕੀ ਉਹ ਤੁਰਕੀ ਹੋਇਆ ਪਿਆ ਤੇ ਆ ਨਾਲ ਹੀ ਪਾਕਿਸਤਾਨ ਦੇਖ ਲਓ ਵੀ ਮਿੰਟੋ ਮਿੰਟ ਹੀ ਆਪਾਂ ਸੈਰ ਕਰੀਏ ਨਹੀਂ ਸਾਰੇ ਪਾਸੇ ਦੀ ਯੂਰੋਪ ਦਾ ਵੀਜ਼ਾ ਲਵਾਇਆ ਗਿਆ ਸੀ ਆਹੋ ਯੂਰੋਪ ਦਾ ਵੀਜ਼ਾ ਲਵਾਇਆ ਬੱਲੇ 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 ਯੂਏਈ ਉਧਰ ਸੀ ਦਿਖਾਇਆ ਤੁਹਾਨੂੰ ਪਾਕਿਸਤਾਨ ਵੀ ਦਿਖਾਇਆ ਨਹੀਂ ਚਲੇ ਹੁਣ ਦੇਖਣ ਮਾੜਾ ਜਿਹਾ ਉਹ ਉਹਨੇ ਝੂਲੇ ਝਾਲੇ ਕਿੱਦਾਂ ਲੱਗਿਓ ਅੰਮ੍ਰਿਤ ਨੂੰ ਝੂਟੇ ਦਵਾਉਣੇ ਉੱਥੇ ਬੈਠ ਕੇ ਸੂਸਾਂ ਦਾ ਮੇਲਾ ਲੱਗੇ ਨੇ ਹੈਗੇ ਚਲੋ ਇੱਥੇ ਦੇਖ ਲੈਂਦੇ ਮੇਲਾ ਸਹੀ ਗੱਲ ਆ ਸੂਸਾਂ ਦਾ ਮੇਲਾ ਸੱਚ ਹੀ ਨਹੀਂ ਲੱਗਾ ਮੇਲਾ ਸੂਸਾਂ ਦਾ ਆਹੋ ਉਹ ਲੱਗਾ ਥੋੜ੍ਹੀ ਅਸੀਂ ਕਿਹਾ ਇੱਥੇ ਦੇਖ ਲਈਏ ਮੇਲਾ ਅਗੇ ਦਾ ਨਿਆਣਾ ਕੋ ਆਜੇਗਾ ਮੇਲੇ 'ਚ ਜੇ ਲੱਗਦਾ ਦੇਖ ਲਿਓ ਲੱਭ ਲਿਓ ਝੂਠ ਬੋਲਦਾ ਭੂਤ ਬੰਗਲਾ ਨਾਲ ਹੀ ਕੋਰੀਆ ਚੰਡੋ ਲੈਟਾਂ ਵਾਲਾ ਥਾਈਲੈਂਡ ਵੀ ਦੇਖ ਲਿਆ ਅੱਜ ਤੇ ਹੁਣ ਚੱਲੇ ਅਸੀਂ ਪਰਾਂ ਨੂੰ ਆਹ ਝੂਲੇ ਚਾਲੇ ਦੇਖਣ ਦੇਖਣਾ ਹੀ ਆਇਆ ਝੂੜੇ ਨਹੀਂ ਲੈਣੇ ਡਰ ਬਹੁਤ ਲੱਗਦਾ ਮੈਨੂੰ ਆਹ ਦੇਖੋ ਤਾਂ ਕਿੱਦਾਂ ਘੁੰਮਾਉਣ ਡਿਆ ਹਲੋ ਜਪਾਨ ਵੀ ਹੈਗਾ ਜੀ ਇੱਧਰ ਦੇਖ ਲਓ ਅਫਗਾਨਿਸਤਾਨ ਵੀ ਦੇਖ ਲਿਆ ਅਸੀਂ ਇੱਥੇ ਬਸ ਕੱਪੜੇ ਦਿੱਤੇ ਸਾਨੂੰ ਹਰਕਤ
ਇੱਥੇ ਬਾਜੇ ਜਾਂ ਬਾਜੇ ਦੇ ਸਾਨੂੰ ਸੁਣਦੇ ਆ ਅਸੀਂ ਚੱਲੇ ਆ ਇਰਾਕ ਇਰਾਕ ਵੀ ਆ ਗਿਆ ਇਰਾਕ ਦੇ ਬਾਰਡਰ ਤੇ ਪਹੁੰਚ ਗਏ ਆ ਅਸੀਂ ਡੋਂਕੀ ਲਾ ਕੇ ਅੰਦਰ ਬਜਦਾ ਬਾਜਾ ਆਇਓ ਤਾਂ ਦਿਖਾਈਏ ਬਾਜਾ ਆ ਦੇਖ ਲਓ ਵੀ ਬਾਜੇ ਵਾਲੇ ਵੀ ਤੁਰੇ ਫਿਰਦੇ ਇੱਥੇ ਕਿੱਦਾਂ ਹੋਣ ਡਿਆ ਇਹਦੇ ਅੰਦਰ ਯੂਰਪ ਕਿੰਨੀਆਂ ਲਾਈਟਾਂ ਹੀ ਲਾਈਟਾਂ ਕੀਤੀਆਂ ਤਾਂ ਅਸੀਂ ਕਹਿੰਦੇ ਡੁਬਈ ਕਿੰਨਾ ਅਸੀਂ ਮਜ਼ੀ ਆਏ ਆ ਡੋਂਕੀ ਲਾ ਲਾ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਹਾਂ ਹੁਣ ਬਸ ਇੱਧਰੋਂ ਇਰਾਕ 'ਚ ਬੜੇ ਹੀ ਹੋਣਾ ਇੱਧਰ ਬੜ ਜਾਣਾ ਹੁਣ ਯੂਰਪ ਯੂਰਪ 'ਚ ਬੜ ਜਾਣਾ ਹੁਣ ਬੜ ਗਏ ਆਪਾਂ ਯੂਰੋਪ ਚ ਦੇਖ ਲੋ ਬਈ ਯੂਰੋਪ ਚ ਕੱਪੜੇ ਕੱਪੜੇ ਜ਼ਿਆਦਾ ਉਹ ਤੋਤਾ ਬੈਠਾ ਬਣਾਉਣਾ ਚਮਕਣ ਵਾਲੀਆਂ ਵੀ ਰਸ਼ੀਆ ਐਂਟਰ ਹੋ ਗਏ ਹਾਂ ਅਤੇ ਦੇਖ ਕੇ ਆਈਏ ਹੁਣ ਜੰਗ ਕਿੱਦਾਂ ਚੱਲਦੀ ਆ ਇੱਥੇ ਇੱਥੇ ਜੰਗ ਤਾਂ ਕਦੇ ਦੀਦੀ ਨਹੀਂ ਪਈ ਯਾਰ ਮੈਨੂੰ ਅਰਬੀਆ ਘੁੰਮਣ ਡਿਆ ਇੱਥੇ ਸਾਰੇ ਬੱਲੇ ਚਲੋ ਮੁਬਾਰਕਾਂ ਵੀ ਜੰਗ ਹੋ ਗਈ ਆ ਖਤਮ ਅਸੀਂ ਚੱਲੀਏ ਹੁਣ ਦੇਖਦੇ ਹਾਂ ਯੂਕਰੇਨ ਲੱਭਦਾ ਕਿ ਨਹੀਂ ਆ ਗਿਆ ਅੰਮ੍ਰਿਤਪਾਲ ਜੀ ਆ ਕੇ ਗੱਲ ਕਰਨ ਉਹਦਾ ਕੀ ਪਦੀਨ ਨਾਮ ਹੁਣ ਯੂਕਰੇਨ ਇੱਦਾਂ ਹੀ ਆ ਕੋਈ ਰੋਕ ਦਿੱਤੀ ਜਾਵੇਗੀ ਰੋਕਦੀ ਲੜਾਈ ਆਹ ਕਦੇ ਸਾਰੇ ਜਣੇ ਬੈਠੇ ਆ ਨਹੀਂ ਆਇਆ ਯੂਕਰੇਨ ਦੇ ਕੇ ਆਈਏ ਯੂਕਰੇਨ ਦੇ ਕੇ ਆਈਏ ਚੱਲ ਆ ਚੱਲ ਯੂਕਰੇਨ ਦੇ ਕੇ ਆਈਏ ਹੁਣ ਤੇ ਹੁਣ ਉਹਦਾ ਪਤਾ ਨੀ ਕਿੱਥੇ ਚੱਲ ਗਿਆ ਉਹ ਬਈ ਆਹ ਕੰਟਰੀ ਪਤਾ ਨੀ ਕਿਹੜੀ ਆ ਨਵੀਂ ਨਵੀਂ ਲੱਗਦੀ ਕੋਈ ਆਪਾਂ ਇਹ ਦਿਖਾਉਣੀ ਨੀ ਨਾ ਜਾਣਾ ਜਿਹੜੀ ਕੰਟਰੀ ਬਾਰੇ ਸਾਨੂੰ ਪਤਾ ਨੀ ਆਪਾਂ ਨਾ ਉੱਧਰ ਜਾਣਾ ਇੱਥੇ ਇੰਨਾ ਕਿ ਮਾਸਕ ਨੀ ਲਾਉਣੇ ਪੈਂਦੇ ਹਨਾ ਬਈ ਦੋ ਦਿਨ ਹੋਏ ਇੱਥੇ ਬੰਦ ਹੋਇਆ ਸਾਰਾ ਕੁਛ ਆਹ ਦੇਖ ਲਓ ਚਾਈਨਾ ਮਾੜਾ ਜਾ ਕੇ ਆਈਏ ਚਾਈਨਾ ਦੇ ਅੰਦਰ ਇੱਧਰ ਅਰਬੀਆਂ ਲਈ ਚਾਈਨਾ ਉੱਧਰ ਸਾਡੇ ਅਰਬੀਆਂ ਲਈ ਚਾਈਨਾ ਕਿਹੜਾ ਚਲੀਏ ਤੇ ਇੱਧਰ ਵੀ ਚਾਈਨਾ ਹੀ ਆ ਆਇਆ ਫਿਰ ਬਈ ਚਲੀਏ ਅੰਦਰ ਦਿਖਾਈਏ ਤੁਹਾਨੂੰ ਅੰਦਰ ਦਾ ਮਾਹੌਲ ਕਰੀਏ ਪਿਛਲਾ ਕੈਮਰਾ ਲਓ ਬਈ ਚਾਈਨਾ ਸੀ ਅਸੀਂ ਆ ਗਏ ਦੇਖ ਲਓ ਚਾਈਨਾ ਜਿੱਦਾਂ ਹੀ ਅਸੀਂ ਅੰਦਰ ਬੜੇ ਹਾਂ ਚੂੰ 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 ਹੋ ਗਈ ਚਾਈਨਾ ਦਾ ਇਤਿਹਾਸ ਦੇਖ ਲਓ ਬਾਹਰ ਤੁਹਾਨੂੰ ਐਂਟਰਿੰਗ ਦਿੱਤੀ ਪਾਸਪੋਰਟ ਤੇ ਸਾਡਾ ਬੜਾ ਸੋਹਣਾ ਵੀਜ਼ਾ ਲੱਗਾ ਆ ਕਿ ਪਹਿਲਾਂ ਕੈਮਰਾ ਆਪਣੇ ਨੂੰ ਕਰ ਸਾਡਾ ਬੜਾ ਸੋਹਣਾ ਪਾਸਪੋਰਟ ਤੇ ਵੀਜ਼ਾ ਲੱਗਾ ਤੁਹਾਨੂੰ ਐਂਟਰਿੰਗ ਦਿੱਤੀ ਉਹ ਐਂਟਰੀ ਦੇ ਦਿੱਤੀ ਸੀਗੀ ਉਹ ਬਾਹਰ ਪਤਾ ਨਹੀਂ ਬੰਦਾ ਖੜਾ ਆ ਉਹ ਕਰੀ ਜਾਵੇ ਝੂ ਸ਼ਾਹੀ ਹੋਮਾ ਕਿਉਂ ਇਹੀ ਹੋ ਤੂੰ ਸਮਝਾ ਨਹੀਂ ਤੂੰ ਸਮਝਾ ਨਹੀਂ ਤੁਹਾਨੂੰ ਪਤਾ ਨਹੀਂ ਲੱਗਾ ਕਰਨਾ ਕੀ ਆ ਅਸੀਂ ਉਹ ਸਾਈਡ ਨੂੰ ਟ੍ਰਾਂਸਲੇਟਰ ਬੁਲਾਇਆ ਸਪੈਸ਼ਲ ਉਹ ਕਹਿੰਦੇ ਭਾਈ ਤੁਹਾਡਾ ਵੀਜ਼ਾ ਲੱਗਾ ਜੋ ਆ ਜੋ ਐਂਟਰੀ ਤੁਹਾਨੂੰ ਦੇ ਜੋ ਐਂਟਰੀ ਦੇਤੇ ਆ ਬਸ ਉਹ ਤੁਹਾਨੂੰ ਇਹੀ ਬੋਲਦਾ ਵੀ ਅੰਦਰ ਜਾਓ ਆਫਰ ਦਿੰਦਾ ਸੀਗਾ ਤੁਹਾਨੂੰ ਭਈ ਜੇ ਤੁਸੀਂ ਐਂਟਰੀ ਦੇ ਅੰਦਰ ਤੁਸੀਂ ਚਾਹ ਲੈਣੀ ਕਿ ਦੁੱਧ ਲੈਣਾ ਆ ਸਾਨੂੰ ਇਹ ਦੱਸਦਾ ਸੀਗਾ ਸਾਨੂੰ ਸਮਝ ਨਹੀਂ ਸਾਨੂੰ ਸਮਝ ਨਹੀਂ ਆਇਆ ਤਾਂ ਕਰਕੇ ਅਸੀਂ ਬੰਦਾ ਹੱਦਿਆ ਖਾਸ ਚਲੋ ਆ ਜਾਓ ਹੁਣ ਦੇਖਦੇ ਕੋਈ ਹੋਰ ਕੰਟਰੀ ਸਮਾਨ ਸਮੂਨ ਬਥੇਰਾ ਖਾਣ ਨੂੰ ਇੱਥੇ ਸਾਨੂੰ ਜਮੇ ਰਾਤ ਦੀ ਪਾਰਟੀ ਵਾਲੀ ਫੀਲਿੰਗ ਆਉਂਦੀ ਪਈ ਆ ਵੀ ਡੈਡੀ ਸਾਡੇ ਨੂੰ ਅਸੀਂ ਤਿੰਨ ਵਾਰ ਗਵਾਚ ਗਏ ਤਿੰਨੀ ਵਾਰੀ ਲੱਭਿਆ ਆਜੋ ਹੁਣ ਦੇਖਦੇ ਇਹਨਾਂ ਨੂੰ ਇਹਨਾਂ ਦੀ ਵਿਚਾਰ ਪੁੱਛਦੇ ਹਾਂ ਕਿ ਮਿੰਟ ਮਿੰਟ ਬਾਅਦ ਕਿੱਥੇ ਗਾਇਬ ਹੋ ਜਾਂਦੇ ਇਹ ਫਾਦਰ ਸਾਹਿਬ ਤੁਸੀਂ ਮਿੰਟ ਬਾਅਦ ਕਿੱਥੇ ਗਾਇਬ ਹੋ ਇਹਨੇ ਦੱਸੋ ਪਹਿਲਾਂ ਸਾਨੂੰ ਮੈਂ ਅੱਜ ਰੋਜ਼ ਦੇਖਣ ਗਿਆ ਉਸ ਚੰਗਾ ਤੇ ਮੂਹੀ ਬਣਾਉਂਦੇ ਹੋਣੇ ਅੱਛਾ ਤੁਸੀਂ ਮਤਲਬ ਅਰਬੀ ਵਾਲਾ ਚਾਈਨਾ ਦੇਖਣ ਗਏ ਹੈ ਨਾ ਆਪਣਾ ਚਾਈਨਾ ਆ ਹੀ ਉਦਾਂ ਚਾਈਨਾ ਵਾਲਾ ਆਹ ਆਜੋ ਤੁਹਾਨੂੰ ਖਾਣ ਦੀ ਪੀਣ ਦੀਆਂ ਆਈਟਮਾਂ ਦਿਖਾਈਏ ਹੁਣ ਬਥੇਰੀਆਂ ਸਮੈਲ ਡੈਡੀ ਨੂੰ ਹੋਰ ਤਰ੍ਹਾਂ ਦੀ ਆਉਂਦੀ ਪਰ ਸਾਨੂੰ ਬੜੀ ਸਵਾਦ ਆਉਂਦੀ ਆਹ ਹਾ ਅਸੀਂ ਲੱਗੇ ਹੁਣ ਅਫਰੀਕਾ 'ਚ ਬਣਨਾ ਅਸੀਂ ਹੁਣ ਇੱਧਰ ਜਦੋਂ ਦੇ ਆਏ ਹੋ ਮਾੜੀ ਮੋਟੀ ਸਮਝ ਲਈਦੀ ਆ ਉੱਦਾਂ ਅਸੀਂ ਉੱਥੇ ਲਿਖਿਆ ਸੀ ਸਮਝੀ ਤਾਂ ਨਹੀਂ ਅਸੀਂ ਅਫਰੀਕਾ ਦੀਆਂ ਅਸੀਂ ਕਾਲੀਆਂ ਪਹਾੜੀਆਂ ਪਾਰ ਕਰਕੇ ਅੰਦਰ ਆਏ ਹਾਂ ਡੌਂਕੀ ਲਾ ਕੇ ਇੱਥੇ ਵੀ ਇੱਥੇ ਡੌਂਕੀ ਨਹੀਂ ਇੱਥੇ ਬਿਨਾਂ ਡੌਂਕੀ ਤੋਂ ਆਏ ਹਾਂ ਚਾਈਨਾ ਦੇ ਨਾਲ ਲੱਗਦਾ ਨਾ ਬਿਲਕੁਲ ਹਾਂ ਤਾਂ ਕਰਕੇ ਹੌਲੀ ਹੌਲੀ ਤੁਰ ਕੇ ਆ ਗਏ ਆਹ ਦੇਖ ਲਓ ਵੀ ਪਤਾ ਨਹੀਂ ਕੀ ਕੁਛ ਪਿਆ ਇੱਥੇ ਆਹ ਵੇਖ ਲਓ ਉਹ ਦੇਖੋ ਵੀ ਸੈਂਟ ਉੱਧਰ ਕੱਪੜੇ ਕੁੱਪੜੇ ਸਾਰਾ ਕੁਛ ਹੋ ਗਿਆ ਪਰਸ ਵਗੈਰਾ ਬੱਲੇ 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 ਆਹ ਕੀ ਪਿਆ ਵੇ
ਚਲੋ ਜੀ ਬਈਆ ਰੰਗ ਗੋਰਾ ਕਰਨ ਜੇ ਕਿਸੇ ਨੂੰ ਚਾਹੀਦਾ ਹੋਵੇ ਤਾਂ ਇੱਥੋਂ ਆ ਕੇ ਲੈ ਲਵੇ ਸਾਡੇ ਨਾਲ ਸੰਪਰਕ ਕਰਨ ਪੈਸੇ ਥੋੜੇ ਜਿਹੇ ਜ਼ਿਆਦਾ ਲੈ ਕੇ ਆਉਣਾ ਬਸ ਪੈਸਿਆਂ ਦੀ ਲੋੜ ਇੱਥੇ ਕਾਫੀ ਪੈਣੀ ਤੁਹਾਨੂੰ ਦੇਖੋ ਵੀ ਇੱਥੇ ਪਤਾ ਨਹੀਂ ਕੀ ਕੁਛ ਪਿਆ ਬੱਲੇ 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 ਬੜੀਆਂ ਚੀਜ਼ਾਂ ਪਈਆਂ ਜਾਦੂ ਟੂਣੇ ਦਾ ਸਮਾਨ ਲੱਭਾ ਹੋਰ ਕੋਈ ਜਾਦੂ ਆ ਕੋਣਾ ਬਈ ਲੰਬੇ ਮੂੰਹ ਐਸੇ ਇੱਦਾਂ ਦਾ ਸਮਾਨ ਮਿਲਣਾ ਤੁਹਾਨੂੰ ਸਾਰਿਆਂ ਨੂੰ ਬਈ ਹਾਂ ਵੇਖ ਲਓ ਕੀ ਕੁਛ ਪਿਆ ਹਾਂ ਵੇਖੋ ਪਿੱਛੇ ਉਹ ਉਹਦੇ ਵੀ ਕੱਡੇ ਕੱਡੇ ਮੂੰਹ ਟੰਗੇ ਹੋ ਆ ਨਜ਼ਰ ਬੱਟੂ ਕਹਿੰਦੇ ਨੇ ਇਹਨਾਂ ਨੂੰ ਹਾਂ ਬਈ ਚਿੜੀਆਂ ਚਿੜੀਆਂ ਕੀਤਾ ਪਿਆ ਸਾਰਾ ਕੁਛ ਕੜਛੇ ਚਮਚੀਆਂ ਕਹਿਤਾ ਚਮਚੇ ਉਹ ਉਹਦੇ ਚਮਚੇ ਦੇਖੋ ਵੀ ਚਮਚੇ ਇੱਥੇ ਦੇ ਹਾਂ ਪਤਾ ਨਹੀਂ ਕੀ ਆ ਲਿਖਿਆ ਖੁਰਪਣਾ ਸਾਨੂੰ ਹਾਂ ਦੇਖੋ ਗੁਲੀਲ ਬੋਲਤੀ ਉਹ ਵੇਖੋ ਬਈ ਕਿੱਦਾਂ ਸਮਾਨ ਪਿਆ ਆਹ ਕਾਲੇ ਦਾ ਇੱਥੇ ਬਤਾਰੇ ਪਏ ਆ ਹੈ ਅਮਰਤ ਸਮਾਨ ਕਿਹੜਾ ਆ ਇਹ ਸਮਾਨ ਜਿੱਥੇ ਤੱਕ ਮੇਰਾ ਖਿਆਲ ਆ ਰਿਹਾ ਨਾ ਇਹ ਪਤਾ ਕਿਹੜਾ ਆ ਇਹ ਪਤਾ ਨਹੀਂ ਬੰਦ ਕਰ ਮੈਂ ਫੇਰ ਦੱਸਦਾ ਬਈ ਸ਼ੁਕਰ ਫਾਈਨਲੀ ਅਸੀਂ ਇੰਡੀਆ ਪਹੁੰਚ ਗਏ ਹਾਂ ਦੇਖੋ ਵੀ ਇੰਡੀਆ ਕਿੱਡੀ ਕੰਟਰੀ ਉਹ ਕਿਹੜੀ ਆ ਮੋਰੋਕੋ ਉਹ ਵੇਖੇ ਮੋਰੋਕੋ ਈਰਾਨ ਉਹ ਪਰੇ ਈਰਾਨ ਸਾਰੀਆਂ ਦਿਖਾਵਾਂਗੇ ਤੁਹਾਨੂੰ ਹੌਲੀ ਹੌਲੀ ਦੇਖ ਲਓ ਬਈ ਚਲੋ ਵੀ ਕਰੀਏ ਐਂਟਰੀ ਇੰਡੀਆ ਵਿੱਚ ਬੜੇ ਚਿਰਾਂ ਬਾਅਦ ਘੱਟੋ ਘੱਟ ਅਸੀਂ 6 ਮਹੀਨੇ ਹੋ ਗਏ ਇੰਡੀਆ 'ਚ ਅਸੀਂ ਐਂਟਰੀ ਨਹੀਂ ਕੀਤੀ ਚਲੋ ਅਸੀਂ ਲੱਗੇ ਹੁਣ ਇੰਡੀਆ 'ਚ ਐਂਟਰੀ ਕਰਨ ਉਹਦੇ ਪਾਣੀ ਦੇ ਫੁਹਾਰੇ ਚੱਲਦੇ ਪਏ ਆਹ ਦੇਖੋ ਵੀ ਕਿੱਦਾਂ ਚੱਲਣ ਡੇ ਸਾਰੀ ਦੇਖੋ ਮੋਟਰ ਚੱਲਣ ਲੱਗ ਪਿਆ ਕਿ ਨਹੀਂ ਇੰਡੀਆ 'ਚ ਕੋਈ ਕਮੀ ਨਹੀਂ ਪਾਣੀ ਦੀ ਦੇਖੋ ਵੀ ਕਿੱਦਾਂ ਪਾਣੀ ਉਹ ਪਾਣੀ ਹੁੰਦਾ ਪਿਆ ਇਹਦੇ ਸਾਢੇ ਸਾਢੀ ਮੋਟਰ ਆ ਚੱਲ ਚੱਲੀਏ ਗਾ ਨੂੰ ਚਲੋ ਕਰੀਏ ਐਂਟਰੀ ਇੰਡੀਆ 'ਚ ਇੰਡੀਅਨ ਸਟਰੀਟ ਫੂਡ ਬਹੁਤ ਦੇਖੋ ਵੀ ਸਾਹਮਣੇ ਲਿਖਿਆ ਹੋਇਆ ਚਲੀਏ ਇੰਡੀਆ ਐਂਟਰੀ ਕਰਦੇ ਅੰਦਰ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਬਈ ਇੰਡੀਅਨ ਸਟਰੀਟ ਫੂਡ ਐਂਡ ਆਪਾਂ ਚੱਲੇ ਹੁਣ ਡੋਸੇ ਆਲੂ ਦੇਖਦੇ ਹਾਂ ਮਤਲਬ ਮੈਰਾ ਡੋਸਾ ਖਾਣਾ ਨਹੀਂ ਪਰ ਸਾਹਿਬ ਨੂੰ ਦਿਖਾਉਂਦੇ ਹਾਂ ਡੋਸਾ ਤਾਂ ਖਾਣੇ ਆ ਡੋਸੇ ਵਾਲੀ ਦੁਕਾਨ ਦੇਖਦੇ ਮੇਰਾ ਤਾਂ ਬਹੁਤ ਫੇਵਰੇਟ ਡਿਸ਼ ਆ ਇਹ ਤਾਂ ਮੈਂ ਕਦੇ ਮਿਸ ਹੀ ਨਹੀਂ ਕਰਦਾ ਸਹੀ ਗੱਲ ਆ ਬਈ ਸਮੋਸੇ ਪਕੌੜੇ ਡੋਸੇ ਕਿਆ ਹੀ ਬਾਤਾਂ ਨੇ ਸ਼ਨੀਵਾਰ ਅੱਜ ਤਾਂ ਮਹਿੰਗਾ ਘੱਟ ਰੇਟ ਹੁੰਦਾ ਇੰਨਾ ਨੀ ਹੁੰਦਾ ਉਦੋਂ ਚਲੋ ਕੋਈ ਨੀ ਜੁੜੇ ਰਹੋ ਤੁਹਾਨੂੰ ਦਿਖਾਉਣੇ ਅਗਲਾ ਈਰਾਨ ਵਗੈਰਾ ਤੇ ਸਾਰਾ ਕੁਛ ਪਿਆ ਜੀ ਅਸੀਂ ਆ ਗਏ ਯੂਪਟ ਸਾਊਦੀ ਅਰਬ ਇੱਧਰ ਆਹ ਵੇਖ ਲਓ ਵੀ ਕਿੱਦਾਂ ਪੁਤਲੇ ਜਿਹੇ ਖੜੇ ਕੀਤੇ ਹੋ ਤਾਂ ਤਾਂ ਕਰਕੇ ਕਾਲਜ ਜਿਹੇ ਬਣਾਏ ਹੋ ਇਹਨਾਂ ਦੀ ਖਾਣ ਪੀਣ ਦਾ ਹੀ ਬੰਦ ਕੰਮ ਕੈਂਸਲ ਜਿਹਾ ਕਰਤਾ ਅੰਦਰ ਕਹਿ ਲਓ ਵੀ ਸਮਾਨ ਥੋੜ੍ਹਾ ਜ਼ਿਆਦਾ ਹੀ ਹਾਈ ਰੇਟਡ ਸੀਗਾ 100 ਰੁਪਏ ਦਾ ਇੰਡੀਆ ਦਾ 100 ਰੁਪਏ ਦਾ ਇੱਕ ਸਮੋਸਾ ਸੀ ਵੇਖ ਲਓ ਵੀ ਕਿੰਨੀ ਦੁਨੀਆ ਇਹ ਤੁਰੀ ਫਿਰਦੀ ਅੰਨੇ ਬਾਈ ਜਿਹਨੂੰ ਕਹਿੰਦੇ ਆ ਹਾਂਜੀ ਵੀ ਅਸੀਂ ਕਾਫੀ ਘੁੰਮ ਫਿਰ ਲਿਆ ਹੁਣ ਇੱਥੋਂ ਮਣੇ ਚੱਲੇ ਅਸੀਂ ਬਾਹਰ ਨੂੰ ਕਾਫੀ ਘੁੰਮ ਫਿਰ ਤਾਂ ਲਿਆ ਪਰ ਮੁੱਕਿਆ ਨਹੀਂ ਹੈਗਾ ਮੁੱਕਿਆ ਨਹੀਂ ਹੈਗਾ ਇਹ ਆਵਾਂਗੇ ਫੇਕ ਦੀ ਆਵਾਂਗੇ ਹੁਣ ਗੇੜਾ ਮਾਰਾਂਗੇ ਦੁਬਾਰਾ ਤੇ ਚੀਜ਼ੂ ਜੀ ਖਾਣ ਨੂੰ ਲੈ ਕੇ ਆਵਾਂਗੇ ਅਤੇ ਕੋਲ ਲਿਆਵਾਂਗੇ ਪੈਸੇ ਜ਼ਿਆਦਾ ਘੁੰਮੀਏ ਫਿਰੀਏ ਚੰਗਾ ਅਸੀਂ ਹੁਣ ਕਾਫੀ ਘੁੰਮ ਫਿਰ ਲਿਆ ਅਤੇ ਹੁਣ ਅਸੀਂ ਚੱਲੇ ਹਾਂ ਰੂਮ 'ਚ ਘਰ ਨੂੰ ਚੱਲੀਏ ਅਤੇ ਹਲੇ ਬਸ ਦੇਖਦੇ ਖਾਣਾ ਪੀਣਾ ਕੀ ਆ ਉਹ ਵੀ ਦਿਖਾਉਂਦੇ ਹਾਂ ਫਿਰ ਤੁਹਾਨੂੰ ਅਤੇ ਆਹ ਕੀ ਆ ਗਏ ਕੁਵੈਤ ਆਹ ਤਾਂ ਪਤਾ ਨਹੀਂ ਅਰਬੀ 'ਚ ਕੀ ਲਿਖਿਆ ਚਲੋ ਕੋਈ ਨਹੀਂ ਯਮਨ ਕਿੱਥੇ ਬੜੇ ਅੱਛਾ ਨਾਂ ਲਿਖਿਆ ਯਮਨ ਬਹਿਰੀਨ ਆਹ ਦੇਖ ਲਓ ਵੀ ਬਹਿਰੀਨ ਸਾਰਾ ਕੁਝ ਇੱਥੇ ਹੀ ਆ ਅਸੀਂ ਚੱਲੇ ਹੁਣ ਮਾੜਾ ਜਿਹਾ ਬਾਹਰ ਚੱਲੀਏ ਘਰ ਨੂੰ ਹੈ ਨਾ ਡੈਡੀ ਕਾਫੀ ਘੁੰਮ ਫਿਰ ਲਿਆ ਨਾ ਦਿਖਾਉਂਦੇ ਤੁਹਾਨੂੰ ਹੁਣ ਜਾ ਕੇ ਅੱਗੇ ਕਿੱਦਾਂ ਪਾਣੀ 'ਚ ਲੈਠਾਂ ਲਾਈਆਂ ਆ ਉਹ ਡਰੇ ਕਹਿੰਦੇ ਲੋਕ ਜਾਣ ਡੇ ਘੁੰਮਣੇ
देख लो भी, देख लो आज, देखो भी नहीं आ रहे। हाँ वेख लो दुकाना ही शिपा च लाइया हुई सीधिया, क्या ही बातें इन्हों दिया। आवे फिर तो चंगी तरह घूम के जावे, हूँ चलें छेती। जायजा जहा लैन आया की हिसाब किताब, हाँ हम तुम्हें पता लग चुका है की हिसाब किताब है। हम दूजी बार आवे पूरी अत करवा, आ गई छिप हो जाए अत करवा मेले च ट्रैक्टर घुमा है। देखा कि लेके आवे ना, मेरे तो बथेरे तुरे फिरते बार। चलो भाई चलिए आ जाओ ढोई वाले की दिवाली, पटाके चलने इतने लो जी। असि रुके हैं रंगला पंजाब, इत होटल एक उथे खान पीन देखते दे की हैगा इतने की नहीं हैगा, यहाँ का बथेरा कुछ है बाकी अंदर जाके पता लगू भाई। गुलजार सिम सिम बल्ले 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 भाई। हाँ जी भी रोटी ऑर्डर करती है, सलाद आ गया, दही भी आ गया, बाकी चीज़ों की वेट हो रही है। वो भी साडा शाही पनीर, तो यद ना कि चिली मशरूम, चिली मशरूम आ गया है। समान काफी सस्ता है, कि डैडी रसल खोर हबीर रंगला पंजाब ढाबा कलो, बड़ा सस्ता समान है इतने, ऐन नाले मसालेदार पूरा मिलता। हाँ बढ़िया लगे खा के, पहली बार खादा बढ़िया लगे, पर बहुत स्वाद सी, मज़ा ही आ गया। तो शाही पनीर खा के तो बाकी जेड़ा कोई आया इधर जरूर आया खा के देखियो, ठीक है। चंगा फिर मिलते हैं तुहानू, हुण एंडिंग करन लगे की करना फिर, हुण एंडिंग चंगा फिर मिलते हैं तुहानू उत्थे जाके जिथे एंडिंग करनी। अभी पहुँच गए अपने अड्डे ते, अभी चले चलो ठीक है फिर, चंगा मिलते हैं तुहानू अगले व्लॉग च। सत श्री अकाल भाई।